ਓ ਮੈਂਡੀ ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ ਚੱਲ ਆ ਤੈਨੂੰ ਕੰਟੀਨ ਚਾਹ ਪਿਆਵਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਵਨੀਤ ਨੂੰ ਲੈ ਕੇ ਹਾਜ਼ਰ ਹੋ ਚੁੱਕਾ ਜੀ ਤੁਹਾਡਾ ਆਪਣਾ ਫੇਵਰੇਟ ਸ਼ੋਅ ਜਿਹਦਾ ਨਾਮ ਹੈ ਕੰਟੀਨੀ ਤੋ ਅੱਜ ਅਸੀਂ ਹੈਗੇ ਹਾਂ ਜੀ ਹਿੰਦੂ ਕੰਨਿਆ ਕਾਲਜ ਜਿਹੜਾ ਕਿ ਕਪੂਰਥਲਾ ਦੇ ਵਿੱਚ ਪੈਂਦਾ ਸੋ ਕੁੜੀਆਂ ਦੇ ਨਾਲ ਆਪਾਂ ਫਨ ਕਰਦੇ ਹਾਂ ਜੀ ਗੱਲ ਬਾਤ ਮਸਤੀ ਪੂਰੀ ਟੈਨ 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 ਸਤਿ ਸ਼੍ਰੀ ਅਕਾਲ ਜੀ ਉਹ ਨੇੜੇ ਇੰਨਾ ਗੁੱਸੇ ਨਾਲ ਜੀ ਮੈਂ ਹਾਂ ਇਹ ਤਾਂ ਇਹ ਵੀ ਤੁਹਾਨੂੰ ਦੱਸਦੀ ਹਾਂ ਜੀ ਟੀਵੀ ਤੇ ਆਏ ਜੀ ਖੁਸ਼ੀ ਨਾਲ ਕੀ ਨਾਮ ਜੀ ਤੁਹਾਡਾ ਅੰਸ਼ੁਲਾ ਮਤਲਬ ਕੀ ਹੈ ਅੰਸ਼ੁਲਾ ਦਾ ਹਵਾ ਨੂੰ ਕਹਿੰਦੇ ਹਵਾ ਦੇ ਚੌਂਕੇ ਨੂੰ ਹਵਾ ਦੇ ਚੌਂਕੇ ਨੂੰ ਵੀ ਉਹ ਆਇਆ ਹੋ ਗਿਆ ਅੱਗੇ ਤੋਂ ਆਪਾਂ ਮੈਂ ਇਹ ਨਹੀਂ ਕਿਹਾ ਕਰਨਾ ਵੀ ਹਵਾ ਆ ਗਈ ਉਹ ਅੰਸ਼ੁਲਾ ਆਈ ਸੀ ਆ ਜਾ ਬਈ ਪਤੰਗ ਉਡਾਈ ਅੱਜ ਅੰਸ਼ੁਲਾ ਬਹੁਤ ਤੇਜ਼ ਚੱਲ ਰਹੀ ਹੈ ਆਪਾਂ ਇਹ ਕਿਹਾ ਕਰਨਾ ਜੀ ਸ਼ੌਂਕ ਜੀ ਮੈਨੂੰ ਨੱਚਣਾ ਚੰਗਾ ਲੱਗਦਾ ਗਾਣਾ ਗਾਣਾ ਚੰਗਾ ਲੱਗਦਾ ਅੱਛਾ ਜੀ ਸੁਣਾਓ ਜੀ ਫਿਰ ਵੀ ਗੀਤ ਹੁੱਲੇ ਹੁਲਾ ਰੇ ਹੁੱਲੇ 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 ਹੁਲਾ ਰੇ ਹੁੱਲੇ 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 ਹੁੱਲ ਹੱਥੇ ਮਹਿੰਦੀ ਲਾ ਕੇ ਮੇਰੀ ਚਾਂਜਰ ਪਾ ਕੇ ਕਿੰਨਾ ਪਾਪ ਕੀ ਨਾਮ ਹੈ ਜੀ ਅਮਨ ਜੋਤੀ ਅਮਨ ਅਮਨ ਜੋਤੀ ਦੋਨਾਂ ਜੀ ਹਾਂਜੀ ਅਮਨ ਅਮਨ ਜੋਤੀ ਅਮਨ ਜੋਤੀ ਹਾਂਜੀ ਤੇ ਕਿੰਨਾ ਨੰਬਰ ਹੈ ਜੀ ਐਨਕਾ ਦਾ ਕਾਟੀਆਂ ਵੈਸੇ ਲਗਾਇਆ ਵੈਸੇ ਸ਼ੌਂਕ ਨੂੰ ਸ਼ੌਂਕ ਨੂੰ ਲਗਾਇਆ ਬੰਕ ਮਾਰਦੇ ਹੋ ਨੇ ਨਹੀਂ ਬੰਕ ਨਹੀਂ ਮਾਰਦੇ ਪੱਕੀ ਗੱਲ ਹੈ ਪੱਕੀ ਗੱਲ ਹੈ ਅੱਛਾ ਵੱਜਦੇ ਨਹੀਂ ਬੰਕ ਬਹੁਤ ਵਧੀਆ ਕਾਲਜ ਹੋਵੇ ਤਾਂ ਇਹੋ ਜਿਹੀ ਵੀ ਜੇ ਕੋਈ ਬੰਕ ਮਾਰੇ ਦੇਖ ਜੇ ਹਾਂ ਅਨੁਪਮਾ ਕਿੱਥੇ ਡੈਡੀ ਕਰਦੇ ਜੀ ਡੈਡੀ ਬਿਜ਼ਨਸਮੈਨ ਹੈ ਬਿਜ਼ਨਸਮੈਨ ਹੈ ਜੀ ਹਾਂਜੀ ਫੁੱਡਾ ਹਾਂਜੀ ਤੇ ਤਾਂ ਚੜਾਈਆਂ ਜੀ ਕੰਮ ਕਾਹਦਾ ਬਿਜ਼ਨਸ ਤੁਹਾਡਾ ਬਿਲਡਿੰਗ ਮਟੀਰੀਅਲ ਤੇ ਪ੍ਰਾਪਰਟੀ ਡੀਲਰ ਹਾਂ ਅੱਛਾ ਐ ਵੀ ਇਹ ਸਪੋਜ਼ ਕਰੋ ਵੀ ਇੱਕ ਪਲਾਟ ਹੈ ਜੀ ਹਾਂਜੀ 10 11 ਮਰਲੇ ਹਨ ਹਾਂਜੀ ਤੇ ਤੁਸੀਂ ਜਿਵੇਂ ਤੁਹਾਡੇ ਡੈਡੀ ਡੀਲ ਕਰਦੇ ਆ ਵੀ ਮੈਂ ਹਨਾ ਲੈਣਾ ਚਾਹੁੰਦਾ ਸੀਗਾ ਤੁਸੀਂ ਪੂਰਾ ਉਹਨਾਂ ਨੂੰ ਕਰ ਦੇਣਾ ਵੀ ਨਹੀਂ ਨਹੀਂ ਪਲਾਟ ਬਹੁਤ ਸ਼ਾਨਦਾਰ ਹੈ ਬਹੁਤ ਲਓ ਲਓ ਇਹ ਮੁਰਗਾ ਮਸਾ ਲੈਣਾ ਬਸ ਵੀ ਚੱਕੋ ਪੂਰਾ ਉਵੇਂ ਡੀਲ ਕਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਸੋਚਿਆ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨਹੀਂ ਪਲਾਟ ਪਲਾਟ ਲੈਣਾ ਤੁਸੀਂ ਅੱਛਾ ਕਿੰਨੇ ਮਰਲੇ ਦਾ ਲੈਣਾ ਆ ਕਿੰਨੇ ਮਰਲੇ ਦਾ ਜੀ ਚਾਰ ਸਾਡੇ ਕੋਲ ਸਾਰੇ ਮਰਲੇ ਆ 4 ਮਰਲੇ 11 ਮਰਲੇ 12 ਮਰਲੇ ਇੰਨੇ ਕੁਝ ਕੋ ਸਾਰੇ 11 ਮਰਲੇ ਦਾ 11 ਮਰਲੇ 11 ਠੀਕ ਰਹਿੰਦਾ ਜੀ ਹਾਂਜੀ ਕੀ ਬਜਟ ਕਿੰਨਾ ਦਾ ਹੋਊ ਰੇਟ ਕਿੰਨਾ ਰੇਟ ਤਾਂ ਇੱਥੇ ਤਾਂ ਬਹੁਤ ਜ਼ਿਆਦਾ ਵਾ ਤੁਸੀਂ ਕਿੰਨੇ ਕੁ ਤੱਕ ਤੁਹਾਨੂੰ ਠੀਕ ਲੱਗਦਾ ਹੈ ਮੇਰਾ ਜੀ ਬਜਟ 30 ਕੁ ਲੱਖ ਦਾ ਹੋਇਆ 30 ਕੁ ਲੱਖ ਚਲੋ ਵਧੀਆ ਹੋ ਗਿਆ ਜੀ ਗੀਤ ਗੀਤ ਬੋਲੀ ਜਾਂਦੀ ਹੈ ਬੋਲੀ ਪਾਓ ਜੀ ਬੋਲੀ ਪਾਓ ਨਰੈਣੀ ਕਤ ਕਤ ਕਮਲੀ ਹੋਈ ਨੀ ਬੇਬੇ ਕਤ ਕਤ ਕਮਲੀ ਹੋਈ ਨਰੈਣੀ ਕਤ ਕਤ ਕਮਲੀ ਹੋਈ ਨੀ ਬੇਬੇ ਮੈਂ ਚੱਲੀ ਆ ਦੁਕਾਨ ਨੀ ਕਿਹਦੀ ਆ ਗਈ ਮਕਾਨ ਨੀ ਬੇਬੇ ਮਕਾਨ ਨੀ ਦੁਕਾਨ 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 ਨਰੈਣੀ ਕਤ ਕਤ ਕਮਲੀ ਹੋਈ ਨੀ ਬੇਬੇ ਕਤ ਕਤ ਕਮਲੀ ਹੋਈ ਨੀ ਬੇਬੇ ਅੱਜ ਆਪਾਂ ਬਣਾਉਣੇ ਆ ਚਿੱਤਰ ਨੀ ਕਿਹਦੇ ਪੈ ਗਏ ਚਿੱਤਰ ਨੀ ਬੇਬੇ ਚਿੱਤਰ ਨੀ ਚਿੱਤਰ ਚਿੱਤਰ ਨਰੈਣੀ ਕਤ ਕਤ ਕਮਲੀ ਹੋਈ ਨੀ ਬੇਬੇ ਕਤ ਕਤ ਕਮਲੀ ਹੋਈ ਨਰੈਣੀ ਕਤ ਕਤ ਕਮਲੀ ਹੋਈ ਨੀ ਬੇਬੇ ਕਤ ਕਤ ਕਮਲੀ ਹੋਈ ਬਹੁਤ ਬਹੁਤ ਥੈਂਕ ਯੂ ਸੋ ਮਚ ਥੈਂਕ ਯੂ ਤੁਸੀਂ ਆਓ ਜੀ ਓਏ ਹੋਏ 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 ਸ਼ਾਗੇ 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 ਬਾਈ ਸ਼ਾਗੇ 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 ਕਮਾਲ ਹੈ ਟੈਂਟ ਪਾ ਕੇ ਆ ਗਏ ਬਿਜ਼ਨਸ ਕਰਦਾ ਜੀ ਤੁਹਾਡਾ ਟੈਂਟ ਦਾ ਅੱਛਾ ਆਪਣੇ ਜੋਗਾ ਪਾੜਿਆ ਬੰਨਿਆ
ਵਧੀਆ ਹੈ ਐਵੇਂ ਵਾਧੂ ਇਹ ਤਾਂ ਵਾਧੂ ਦੇ ਖਰਚੇ ਦੇ ਸੂਟ ਕੋਈ 800 ਦਾ ਸੂਟ ਕੋਈ 1200 ਦਾ ਇਹ ਵਧੀਆ ਘਰਾਂ 'ਚ ਹੀ ਬਸ ਕੀ ਨਾਂ ਤੁਹਾਡਾ ਪ੍ਰਿਆ ਪ੍ਰਿਆ ਕਿੱਥੋਂ ਬਿਲੋਂਗ ਕਰਦੇ ਹੋ ਜੀ ਕਪੂਰਥਲੇ ਤੋਂ ਕਪੂਰਥਲੇ ਤੋਂ ਸੋ ਜੋ ਵੀ ਤੁਹਾਡੇ ਸ਼ੌਂਕ ਹੈ ਜੀ ਕੁਛ ਨਾ ਕੁਛ ਪੇਸ਼ ਕਰਕੇ ਦਿਖਾਓ ਮੈਂ ਥੀਏਟਰ ਆਈਟਮ ਦੇ ਵਿੱਚ ਹੈਗੀ ਆ ਉਹਦਾ ਮੈਂ ਥੀਏਟਰ ਦਾ ਬਹੁਤ ਸ਼ੌਂਕ ਆ ਤੇ ਮੈਂ ਆਪਣੀ ਫਰੈਂਡ ਨਾਲ ਕਰੂੰਗੀ ਹਾਂ ਜੀ ਲਿਓ ਜੀ ਫਰੈਂਡ ਲਿਓ ਇਹ ਫਰੈਂਡ ਆ ਗਈ ਠੀਕ ਹੈ ਹਾਏ ਮੈਂ ਲੁੱਟ ਗਈ ਹਾਏ ਮੈਂ ਪੱਟ ਗਈ ਓ ਨੋ ਮੈਂ ਤਾਂ ਚੱਕ ਗਈ ਇਹ ਤਾਂ ਕੋ ਚੁੱਕਾ ਹੈ ਮੈਨੂੰ ਕੀ ਪਤਾ ਜੀ ਮੈਂ ਤਾਂ ਸ਼ੀਸ਼ੇ ਮੋਰੇ ਖੜੀ ਹੋ ਕੇ ਮੇਕਅਪ ਕਰ ਰਹੀ ਸੀ ਸਜਣਾ ਹੈ ਮੁਝੇ ਸਜਣਾ ਕੇ ਲਈ ਇਹਨਾਂ ਨੇ ਸ਼ੀਸ਼ਾ ਟੁੱਟਿਆ ਦੜਾ ਤੇ ਮੇਰੇ ਮੱਥੇ ਤੇ ਆ ਕੇ ਵੱਜਿਆ ਆਊਟ ਮੈਨੂੰ ਲੱਗਾ ਕੋਈ ਸੋਹਣਾ ਜਿਹਾ ਮੁੰਡਾ ਮੈਨੂੰ ਚੱਕ ਕੇ ਹਸਪੀਟਲ ਲੈ ਕੇ ਜਾਊਗਾ ਪਰ ਉਹ ਤਾਂ ਮੋਟਾ ਜਿਹਾ ਕਾਲਾ ਜਿਹਾ ਧੋਤਾ ਜਿਹਾ ਵੈਸਟ ਇੰਡੀ ਦਾ ਪਲੇਅਰ ਮੈਨੂੰ ਇੱਥੇ ਲੈ ਆਇਆ ਲੱਗਾ ਜਨਾਬ ਮੈਡਮ ਟਾਈਮ ਤੋਂ ਪਹਿਲਾਂ ਹੀ ਚੱਕੀ ਗਈ ਹਾਲੇ ਤਾਂ ਮੈਡਮ ਨੇ ਪੂਰੇ ਕੱਪੜੇ ਵੀ ਨਹੀਂ ਸੀ ਪਾਏ ਓ ਸ਼ਟ ਅਪ ਓ ਐਕਚੁਅਲੀ ਨਾ ਯਮਰਾਜ ਜੀ ਜਦੋਂ ਮੈਂ ਪੂਰੇ ਕੱਪੜੇ ਪਾ ਲੈਣੀ ਆ ਨਾ ਮੇਰੇ ਸਰੀਰ ਤੇ ਨਾ ਤਪ ਤਪ ਤਾਂ ਤਪ ਫੜ ਪੈ ਜਾਂਦੇ ਆ ਇਹ ਪੂਛੜੇ ਲਾ ਸਾਡੀਆਂ ਇਹੋ ਜਿਹੇ ਕੱਪੜੇ ਪਾ ਲੈਣ ਨਾ ਤੇ ਉਹਨਾਂ ਦੇ ਕੱਪੜ ਪੈ ਜਾਂਦੇ ਆ ਨਰਕਾਂ ਨੂੰ ਚੱਲ ਮੈਡਮ ਤਾਂ ਸਾਡੀਆਂ ਪੂਛੜੇ ਲਾ ਦੋਸੇ ਆਪਣਾ ਸੱਭਿਆਚਾਰ ਕਿਵੇਂ ਸੰਭਾਲੀਦਾ ਕੀ ਨਾਮ ਤੁਹਾਡਾ ਮੇਰਾ ਨਾਮ ਪੂਜਾ ਹੈ ਪੂਜਾ ਬਈ ਬਹੁਤ ਸੋਹਣਾ ਸੂਟ ਕਮਾਲ ਹੈ ਤੁਹਾਡਾ ਦਰਜੀ ਮੈਂ ਦਰਜੀ ਵੀ ਖੋਦੀ ਆ ਅੱਛਾ ਬਹੁਤ ਸੋਹਣਾ ਸੂਟ ਤੇ ਬਹੁਤ ਕਮਾਲ ਦੇ ਤੁਸੀਂ ਦਰਜੀ ਕਦੇ ਕਦੇ ਨਾ ਆਇਆ ਕਰੋ ਅੱਗੇ ਮਰਜੀ ਕਿੱਥੋਂ ਬਿਲੋਂਗ ਕਰਦੇ ਜੀ ਮੈਂ ਕਪੂਰਥਲਾ ਲੋਕਲ ਦਸ਼ਮੇਸ਼ ਕਲੋਨੀ ਓਕੇ ਜੀ ਦਸ਼ਮੇਸ਼ ਕਲੋਨੀ ਐਕਟਿਵਾ ਦੇ ਹੋਣੇ ਜੀ ਹਾਂ ਨਹੀਂ ਮੈਂ ਬਾਈਸਾਈਕਲ ਆਨੀ ਆ ਬਾਈਸਾਈਕਲ ਬਹੁਤ ਵਧੀਆ ਜੀ ਨਾਲੇ ਤਾਂ ਸਾਈਕਲਿੰਗ ਹੁੰਦੀ ਆ ਪਰ ਸਾਈਕਲ ਕੌਣ ਤੇ ਚਲਾ ਰਹੇ ਹੋ ਜੀ ਅਸਰ ਥੋੜਾ ਇਹ ਸਾਈਕਲ ਮੋਟਰ ਵਾਲਾ ਤਾਂ ਨਹੀਂ ਵੀ ਬਹਿ ਕੇ ਤੇ ਤੁਰ ਗਏ ਪੈਡਲ ਮਾਰਦੇ ਹੋ ਜੀ ਆਬਵੀਅਸ ਤੇ ਸ਼ੌਂਕ ਜੀ ਮੈਨੂੰ ਸੌਂਗ ਗਾਣ ਦਾ ਬੜਾ ਹੀ ਸ਼ੌਂਕ ਹੈ ਸੁਣਾਓ ਜੀ ਫਿਰ ਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰ ਤਾਰੇ ਆਉਣ ਲੱਗੇ ਨੂੰ ਰੁਪਈਆ ਚੋਰੀ ਦਿੱਤਾ ਸੀ ਹਜ਼ਾਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੁਣ ਠੀਕ ਹੈ ਜੀ ਪਹਿਲਾਂ ਥੋੜੀ ਸਤਿ ਸ਼੍ਰੀ ਅਕਾਲ ਜੀ ਮਸਤੀ ਜੀ ਸੀਗੀ ਥੋੜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਜੀ ਕੀ ਸੁਣਾਓਗੇ ਸ਼ੇਰ ਸੁਣਨਾ ਸ਼ੇਰ ਸੁਣ ਲਓ ਪੋਇਮ ਸੁਣਨੀ ਜੋ ਤੁਹਾਡਾ ਦਿਲ ਕਰਦਾ ਸ਼ੇਰ ਸੁਣਾਓ ਜੀ ਸ਼ੇਰ ਜਿਵੇਂ ਅਸੀਂ ਰੱਖੜੀ ਮਨਾਉਂਦੇ ਹਾਂ ਉਸ ਨਾਲ ਰਿਲੇਟਡ ਇੱਕ ਸ਼ੇਰ ਪੇਸ਼ ਕਰਨ ਜਾ ਰਹੀ ਹਾਂ ਨਾ ਪਾਪਾ ਕੀ ਮਾਰ ਸੇ ਨਾ ਪਾਪਾ ਕੀ ਮਾਰ ਸੇ ਨਾ ਚੱਪਲੋ ਕੀ ਵਿਸ਼ਾਰ ਸੇ ਨਾ ਲੜਕੀ ਕੇ ਇੰਕਾਰ ਸੇ ਆਸ਼ਿਕ ਸੁਧਰੇਗੇ ਸਿਰਫ ਰਾਖੀ ਕੇ ਤਿਉਹਾਰ ਸੇ ਕਿਦਾਂ ਲੱਗਾ ਜੀ ਹਾਂਜੀ ਲੱਗਾ ਕਿੰਨਾ ਵਧੀਆ ਲੱਗਾ ਆਮਦ ਬਹੁਤ ਵੱਡੀ ਸੋਚ ਹੈ ਤੁਹਾਡੀ ਬਹੁਤ ਕਲਮ ਤੁਹਾਡੀ ਬਹੁਤ ਵਧੀਆ ਥੈਂਕ ਯੂ ਸਿੱਧੀ ਰੱਬ ਨਾਲ ਜੁੜ ਗਈ ਤੁਹਾਡੀ ਬਹੁਤ ਬਹੁਤ ਡੂੰਘਾ ਸੋਚ ਹੋ ਜੀ ਕਰਦੇ ਹੋਰ ਜੀ ਸ਼ੌਂਕ ਪੁਆਇੰਟਸ ਬੋਲਣ ਦਾ ਪੁਆਇੰਟ ਜੀ ਹਾਂਜੀ ਸੁਣਾਓ ਜੀ ਜੋਨੀ ਜੋਨੀ ਜਸਪਾ ਈਟਿੰਗ ਸ਼ੂਗਰ ਨੋ ਬਾਪਾ ਟੈਲਿੰਗ ਲਾਈ ਨੋ ਬਾਪਾ ਓਪਨ ਦਾ ਮਾਊਥ ਕਮਾਲ ਕਰਦਾ ਬਾਪਾ ਇਤਾਂ ਹੀ ਬਹੁਤ ਹੈ ਜੀ ਕਾਗਜ਼ੀ ਭਗਵਾਨ ਕੀ ਨਾਂ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਸ਼ੁਭਕਰਮਨ ਸ਼ੁਭਕਰਮਨ ਤੁਹਾਡਾ ਜੀ ਲਵ ਠੀਕ ਹੈ ਜੀ ਬਹੁਤ ਵਧੀਆ ਤੇ ਤੁਹਾਡੇ ਦੋਨਾਂ ਦੇ ਸ਼ੌਂਕ ਸਟੱਡੀ ਤੁਹਾਡਾ ਖਾਣ ਪੀਣ ਦਾ ਕਹਿ ਜੀ ਫੋਰਨ ਜਾਣਾ ਫੋਰਨ ਜਾਣਾ ਸ਼ੌਂਕ ਹੈ ਤੁਹਾਡਾ ਉਹ ਏਮ ਹੈ ਇਹ ਹਾਂ ਇਹਨੂੰ ਸਮਝਾਓ ਥੋੜਾ ਤੁਸੀਂ ਫਰੈਂਡ ਹੋ ਸੀ ਹਾਂਜੀ ਬੈਸਟ ਕੇ ਠੀਕ ਠੀਕ ਨਹੀਂ ਬੈਸਟ ਹੀ ਹੈ ਸਿਸਟਰਸ ਐਜ਼ ਅ ਸਿਸਟਰਸ ਉਹ ਐਜ਼ ਅ ਹੈ ਝੂਠੀਆਂ ਮੈਂ ਵੀ ਰੋਈ ਗੰਦੀ ਜੈਲਸ ਵੀ ਕਰਦੇ ਕੱਲ ਲੜਾਈ ਹੋਈ ਮੇਰੇ ਲੜੀਆਂ ਹੀ ਨਹੀਂ ਉਹ ਕਹਿੰਦੀ ਲੜੀਆਂ ਹੀ ਝੂਠ ਬੋਲਦੀਆਂ ਵਾ ਅੱਛਾ ਜੇ ਤੁਸੀਂ ਲੜ ਪੋ ਤੁਸੀਂ ਲੜਨਾ ਪਰ ਹੱਥ ਥੱਪੜ ਥੱਪੜ ਨਹੀਂ ਚਲਾਉਣੇ ਮੁੱਕੇ ਕੁਛ ਹੋਣੀ ਬਸ 2 ਮਿੰਟ ਲੜਨਾ ਪੂਰਾ ਤੂੰ ਮੇਰਾ ਸੂਟ ਨਹੀਂ ਦਿੱਤਾ ਐਵੇਂ ਦਿੱਤਾ ਤੇ ਆ ਨਹੀਂ ਦਿੱਤਾ ਮੇਰਾ ਸੂਟ ਮੈਨੂੰ ਵਾਪਸ ਕਿਉਂ ਨਹੀਂ ਕੀਤਾ ਮੈਂ ਯਾਰ ਕਰਤਾ ਮੈਨੂੰ ਨਹੀਂ ਹੁਣ ਇਸ ਗੱਲ ਦਾ ਪਤਾ ਸੂਟ ਲੈ ਸੀ ਤੈਨੂੰ ਵਾਪਸ ਕਰਨਾ ਚਾਹੀਦਾ ਸੀ ਮੈਂ ਵਾਪਸ ਕਰਤਾ ਸੀ ਇਸ ਗੱਲ ਦਾ ਹੁਣ ਮੈਨੂੰ ਨਹੀਂਗਾ ਪਤਾ ਹੈਗਾ ਤੂੰ ਮੇਰੇ ਘਰ ਆਣ ਕੇ ਲੜਦੀ ਪਈ ਆ ਜੇ ਤੂੰ ਮੇਰਾ ਸੂਟ ਨਹੀਂ ਵਾਪਸ ਕੀਤਾ ਤਾਂ ਮੈਨੂੰ ਲੜਨਾ ਹੀ ਪਊਗਾ ਯਾਰ ਮੈਨੂੰ ਇਸ ਗੱਲ ਦਾ ਨਹੀਂ ਪਤਾ ਹੈਗਾ ਮੈਂ ਚੋਰੀ ਲਿੱਤਾ ਸੀ ਆਪਣੀ ਮੰਮੀ ਤੋਂ ਮੇਰੀ ਮੰਮੀ ਸਾਹਮਣੇ ਨਾ ਲੜੀ ਜਾ ਅਮਨਦੀਪ ਕੌਰ ਅਮਨਦੀਪ ਕੌਰ ਤੁਹਾਡੇ ਸ਼ੌਂਕ ਜੀ ਸਿੰਗਿੰਗ ਸਿੰਗਿੰਗ ਗੀਤ ਸੁਣਾਓ ਰੱਤੀ ਤੇਰੀ
ਰੱਤੀ ਤੇ ਹੀ ਵੇ ਢੋਲ ਮੇਰਿਆ ਲੁੰਗੀ ਆਏ ਪਟ ਪਵਾਉਣੀਆਂ ਮੈਂ ਰੇਸ਼ਮ ਦੀਆਂ ਡੋਰਾਂ ਆਂਦਾ ਖੋਲ ਹੋ ਗਿਆ ਵੇ ਮੈਂ ਤੂੰ ਤਾਂ ਪਛਾਣ ਗਿਆ ਮੈਨੂੰ ਗਾਉਣ ਦਾ ਬਹੁਤ ਸ਼ੌਂਕ ਹੈ। ਅੱਛਾ ਜੀ, ਤੁਹਾਨੂੰ ਜੀ ਗਾਉਣ ਦਾ? ਤੁਹਾਨੂੰ ਵੀ ਗਾਉਣ ਦਾ ਜੀ, ਸੁਣਾਓ ਜੀ ਫਿਰ ਕੁਝ। ਕੀੜੇ ਪੈਣਗੇ ਮਰੇਗੀ ਸੱਪ ਲੜ ਕੇ ਹਾਏ ਮਿੱਤਰਾਂ ਨੂੰ ਧੋਖਾ ਦੇਣੀਏ ਨੀ ਕੀੜੇ ਪੈਣਗੇ ਕੋਇਲ ਕੂਕ ਰਹੀ ਸੀ ਗਵਾਂਢੀਆਂ ਦੀ ਮੱਝ ਬੋਲੀ ਤਿਆਰ ਹੋਣ ਤੋਂ ਬਾਅਦ ਮੈਂ ਕਾਲਜ ਗਈ ਤੇ ਰਸਤੇ ਵਿੱਚ ਮੈਨੂੰ ਡੱਡੂਆਂ ਦੀ ਆਵਾਜ਼ ਆਈ ਨਾਲ ਦੇ ਹੀ ਮੈਰਿਜ ਪੈਲੇਸ ਵਿੱਚ ਆਵਾਜ਼ ਆਈ ਦੁਲਹੇ ਦੇ ਮਾਮਾ ਜੀ ਨੇ ਬਹੁਤ ਬਹੁਤ ਮਾਨ ਭੇਜਿਆ ਮਾਨ ਭੇਜਿਆ ਮਾਨ ਭੇਜਿਆ ਅਗਲੇ ਆਈਟਮ ਲੈ ਕੇ ਆ ਰਹੀ ਹੈ ਮਿਸ ਲੀਲੀ ਲੀਲੀ ਅੱਗੇ ਜਾ ਕੇ ਫਾਟਕ ਬੰਦ ਸੀ ਤੇ ਦੂਰੋਂ ਹੀ ਗੱਡੀ ਦੇ ਹੋਰਨ ਦੀ ਆਵਾਜ਼ ਆਈ ਗੱਡੀ ਸਾਡੇ ਲਾਗੋ ਦੀ ਤੇਜ਼ ਰਫ਼ਤਾਰ ਨਾਲ ਲੰਘੀ ਜਦ ਮੈਂ ਕਾਲਜ ਪਹੁੰਚੀ ਤਾਂ NCC ਦੇ ਬੱਚੇ ਬੈਂਡ ਵਜਾ ਰਹੇ ਸੀ ਲਾਗੇ ਹੀ ਇੱਕ ਟੂਟੀ ਵਿੱਚੋਂ ਪਾਣੀ ਟਪਕ ਰਿਹਾ ਸੀ ਮੈਂ ਟੂਟੀ ਬੰਦ ਕਰ ਦਿੱਤੀ ਕਿਉਂਕਿ ਕੁੱਖੋਂ ਧੀ ਅਤੇ ਜ਼ਮੀਨੋਂ ਪਾਣੀ ਦੋਵੇਂ ਮੁੱਕ ਗਏ ਖਤਮ ਕਹਾਣੀ ਧੰਨਵਾਦ ਮੇਰੇ ਸੱਜੇ ਪਾਸੇ ਖੜੀਆਂ ਨੇ ਜੀ ਇਸ ਕਾਲਜ ਦੀਆਂ ਕੁੜੀਆਂ ਇਹਨਾਂ ਨੇ ਸਾਜ਼ ਫੜੇ ਹੋਏ ਨੇ ਜੀ ਤੁਸੀਂ ਦੇਖ ਸਕਦੇ ਹੋ ਢੋਲ ਚਿਮਟਾ ਬਾਂਸੁਰੀ ਸੱਪ ਹੈਂਜੀ ਹਾਂਜੀ ਹਾਂਜੀ ਖੰਜਰੀ ਸੋ ਇਹਨਾਂ ਦੇ ਹੱਥਾਂ 'ਚ ਇਹ ਸਾਜ਼ ਬੜੇ ਬਹੁਤ ਸੋਹਣੇ ਲੱਗਦੇ ਨੇ ਬਾਕੀ ਕਿੰਨੀ ਕੁ ਖੂਬਸੂਰਤੀ ਨਾਲ ਵਜਾਉਣਗੇ ਉਹ ਆਪਾਂ ਦੇਖ ਲੈਂਦੇ ਹਾਂ ਜੀ ਫੋਕ ਔਰਕੈਸਟਰਾ ਦੀ ਟੀਮ ਹਾਂਜੀ ਨਵਨੀਤ ਕੌਰ
ਮੈਂ ਇਹਨੂੰ ਬੁਲਾਉਣ ਲੱਗਾ ਪਹਿਲਾਂ, ਮੈਨੂੰ ਕਹਿੰਦੀ ਵੀ ਤੁਸੀਂ ਟੀਵੀ ਤੇ ਬਹੁਤ ਬੇਇੱਜ਼ਤੀ ਕਰਦੇ ਹੋ, ਮੈਨੂੰ ਨਾ ਬੁਲਾਇਓ। ਕਹਿੰਦੇ ਮੇਰੀ ਮੰਮੀ ਬਹੁਤ ਸ਼ੋਅ ਦੇਦੀ ਆ, ਤੂੰ ਬੁਲਾਦਾ, ਬੇਇੱਜ਼ਤੀ ਨਾ ਕਰਦੀ। ਨਹੀਂ ਮੰਮੀ ਤੁਹਾਨੂੰ ਪਸੰਦ ਬਹੁਤ ਕਰਦੇ ਆ। ਮੰਮੀ ਪਸੰਦ ਕਰੀ ਜਾਂਦੀ ਆ? ਹਾਂਜੀ। ਕਮਾਲ ਆ ਆਂਟੀ ਜੀ, ਨਹੀਂ ਬਹੁਤ ਵਧੀਆ ਜੀ, ਬਹੁਤ ਸ਼ੋਅ ਦੇਖਦੇ ਆ। ਥੈਂਕ ਯੂ ਸੋ ਮਚ ਆਂਟੀ ਜੀ ਦੇ ਆਸ਼ੀਰਵਾਦ ਮੇਰੇ ਨਾਲ ਰਹੇ। ਥੈਂਕ, ਤੁਸੀਂ ਨਹੀਂ ਦੇਖਦੇ? ਨਹੀਂ ਨਹੀਂ ਬਹੁਤ ਦੇਖੀਦਾ। ਕੀ ਸੁਣਾਓਗੇ ਜੀ? ਆਏ ਹੈ ਦਲਜੀਤ ਨੇ ਤੇਰੇ ਵਾਸਤੇ ਲਿਖਿਆ ਜੀ, ਸੁਣਾਓ ਜੀ ਫਿਰ ਸੁਣਾਓ। ਮੇਲੇ ਜਿੰਨਾ ਘੱਟ ਹੁੰਦਾ ਨਾਲ ਸਰਕਾਰਾਂ ਵੀ ਚਲਾ ਲੈਂਦੀਆਂ, ਹੋ ਮਰਜ਼ੀ ਦਾ ਹੀ ਤੇਰੇ ਚ ਚੋੜਦੇ ਵੀ ਉੱਥੇ ਵੋਟਾਂ ਵੀ ਨਹੀਂ ਪੈਂਦੀਆਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਕੋਮਲਪ੍ਰੀਤ। ਕੋਮਲਪ੍ਰੀਤ, ਕਿੱਥੋਂ ਬਿਲੋਂਗ ਕਰਦੇ ਹੋ ਜੀ? ਤਾਲੀਵਾਲ ਬੇਟ ਤੋਂ। ਤਾਲੀਵਾਲ ਬੇਟ ਤੋਂ। ਕੋਮਲ, ਗੱਲ ਇੱਦਾਂ ਵੀ ਤੁਸੀਂ ਮੁੰਡਾ? ਹਾਂਜੀ। ਬਈ ਮੈਂ ਕੁੜੀ ਰਵਨੀਤ ਕੌਰ, ਤੁਸੀਂ ਕੋਮਲ ਪ੍ਰੀਤ ਸਿੰਘ, ਠੀਕ ਹੈ ਜੀ? ਹਾਂਜੀ। ਤੁਸੀਂ ਬਈ ਪੂਰਾ ਜ਼ੋਰ ਲਾਉਣਾ ਜੀ, ਮੈਂ ਮੰਨਦੀ ਨਹੀਂ ਹੈਗੀ, ਜਮਾਂ ਮੁੰਡੇ ਵਾਂਗੂ ਜਮਾਂ ਮੁੰਡਾ ਮੰਨਣਾ ਜੀ, ਮੈਂ ਜਮਾਂ ਕੁੜੀ, ਠੀਕ ਹੈ ਜੀ? ਮਾਂਜਾ ਮਾਂਜਾ ਪਲੀਜ਼। ਨਹੀਂ ਲੋਕ ਦੇਖ ਰਹੇ, ਪਾਗਲ ਹੋ ਤੁਸੀਂ? ਫਿਰ ਕੀ ਹੋ ਗਿਆ ਮਾਂਜਾ ਯਾਰ? ਟੱਚ ਨਾ ਕਰੋ ਮੈਨੂੰ, ਮੈਂ ਮੰਮਾ ਮਾਂਜਾ। ਭੋਰਾ ਨਹੀਂ ਡਰ ਲੱਗਦਾ ਵੀ ਕੁੜੀ? ਆ ਬਾਲ ਬਰੇ ਲੈ ਰੰਗੇ ਜੀ, ਦੋ ਰੰਗੇ ਦੇ, ਇਹ ਕਿੱਦਾਂ ਜੀ? ਸਟਾਈਲ ਆ ਜੀ, ਸਟਾਈਲ ਹੈ। ਠੀਕ ਹੈ ਠੀਕ ਹੈ, ਸਾਡੀ ਮੱਝ ਦੇ ਵੀ ਆਈ ਆਏ, ਉਹਨੇ ਆਪ ਨਹੀਂ ਰੰਗੇ, ਉਹਦੇ ਪਿਛੋਕੜ ਤੋਂ ਹੀ ਆ। ਨਹੀਂ ਨਹੀਂ, ਉਹਨੇ ਮੇਰੇ ਦੇਖ ਕੇ ਰੰਗੇ ਆ। ਓ ਅੱਛਾ, ਸਾਡੀ ਮੱਝ ਨਹੀਂ ਕਾਪੀ ਕਰਦੀ ਤੁਹਾਡੀ? ਹਾਂਜੀ, ਮੈਨੂੰ ਕਾਪੀ ਕੀਤਾ ਵਾ। ਉਹਦੇ ਫਿਰ ਸਿਆਣੀ ਮੱਝ ਬਣ ਜਾਂਦੀ। ਹਾਂਜੀ ਹਾਂਜੀ, ਸੁਣਾਓ ਜੀ ਫਿਰ। ਨੀ ਮੈਂ ਪਰੀਆਂ ਤੋਂ ਮਤ ਸੋਹਣੀ ਵੇ ਨਾ ਕੋਈ ਮੇਰੇ ਵਰਗੀ ਹੋਣੀ, ਕੋਈ ਆਸ਼ਿਕ ਹੋਇਆ ਫਿਰਦਾ ਵੇ ਮੇਰੀ ਅੱਖ ਮਸਤਾਨੀ ਦਾ, ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਲੋ ਮਾਈਕ ਕੀ ਨਾਂ ਹੈ ਤੁਹਾਡਾ ਨਵਨੀਤ ਕੌਰ ਨਵਨੀਤ ਕੌਰ ਹਾਂਜੀ ਪਰਿਵਾਰ ਚ ਕੌਣ ਕੌਣ ਹੈ ਜੀ ਮੰਮੀ ਡੈਡੀ ਬ੍ਰਦਰ ਓਕੇ ਜੀ ਹਾਂਜੀ ਤੇ ਸ਼ੌਂਕ ਜੀ ਸ਼ੌਂਕ ਸਿੰਗਿੰਗ ਡਰਾਈਵਿੰਗ ਐਂਡ ਟੀਵੀ ਦੇਖ
ਰੇਸ ਦੇਣ ਲੱਗੇ ਮੋੜ ਆ ਗਿਆ ਤੇ ਫਿਰ ਆਪਾਂ ਮੁੜੇ ਨਹੀਂ ਰੇਸ ਦੇਣ ਲੱਗੇ ਮੋੜ ਆ ਗਿਆ ਆਪਾਂ ਮੁੜੇ ਨਹੀਂ ਆਪਾਂ ਕੰਧ 'ਚ ਵੱਜੇ ਉਹ ਹੁਣ ਕੰਧ ਦਾ ਕੀ ਹਾਲ ਚਾਲ ਹੈ ਜੀ ਕੰਧ ਦਾ ਹਾਲ ਠੀਕ ਹੈ ਕੰਧ ਦਾ ਹਾਲ ਠੀਕ ਹੈ ਜਿੱਥੇ ਵਿਚਾਰੇ ਤੁਸੀਂ ਵੱਜੇ ਉਹ ਵੀ ਠੀਕ ਹੈ ਹੁਣ ਵੀ ਖੜੀ ਹੈ ਕੰਧ ਹਾਂ ਨਹੀਂ ਤੁਸੀਂ ਨਹੀਂ ਕੰਧ ਕੰਧ ਠੀਕ ਹੈ ਕੰਧ ਵੀ ਠੀਕ ਹੈ ਚਲੋ ਸੁਣਾਓ ਜੀ ਕੋਈ ਕਾਲਾ ਸ਼ੇਰ ਲੈ ਕੇ ਮੁੰਡਾ ਸੋਹਰਿਆਂ ਨੂੰ ਚੱਲਿਆ ਸੱਚਰੀ ਵਿਆਹੀ ਜੋਸ਼ ਜਾਂਦਾ ਨਹੀਂ ਉਹ ਚੱਲਿਆ ਡੇਢ ਲੱਖ ਲਾ ਕੇ ਡੈਸ਼ ਪਿੰਡ ਚ ਬਣਾ ਕੇ ਡੇਢ ਲੱਖ ਲਾ ਕੇ ਡੈਸ਼ ਪਿੰਡ ਚ ਬਣਾ ਕੇ ਕੱਢ ਦਿੱਤੀਆਂ ਸ਼ਰੀਕਾਂ ਦੀਆਂ ਰੜਕਾਂ ਵੀ ਲੁਧਿਆਣਾ ਮੋਗਾ ਰੋਡ ਤੇ ਜੱਟ ਦਾ ਬੁਲਟ ਮਾਰੇ ਬੜਕਾਂ ਵੀ ਲੁਧਿਆਣਾ ਮੋਗਾ ਰੋਡ ਤੇ ਜੱਟ ਦਾ ਬੁਲਟ ਮਾਰੇ ਬੜਕਾਂ ਵੀ ਲੁਧਿਆਣਾ ਮੋਗਾ ਰੋਡ ਤੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਰੀਚਾ ਰੀਚਾ ਕੀ ਕਰੋਗੇ ਜੀ ਪੇਸ਼ ਮੈਂ ਸੌਂਗ ਸੁਣਾਉਂਗੀ ਤੁਸੀਂ ਛੱਡੋ ਨਾ ਅੱਜ ਦਿਲ ਤੁਹਾਨੂੰ ਛੱਡ ਕੇ ਨਹੀਂ ਜਾਂਦੇ ਰਹੋ ਬੇਖੌਫ ਜ਼ਿੰਦਗੀ ਚੋਂ ਕੱਢ ਕੇ ਨਹੀਂ ਜਾਂਦੇ ਸਿਕਰ ਸ਼ਾਰਾ ਯਾਰਾ ਆਪਾਂ ਤੇ ਉਦੇ ਕਰ ਲੈਣਾ ਤੁਸੀਂ ਕਿਹਾ ਵੀ ਜਿੱਦਾਂ ਇਸ਼ਾਰਾ ਕਰਨਾ ਉਦੇ ਕਰ ਲੈਣਾ ਤੁਸੀਂ ਮੇਰਾ ਇਸ਼ਾਰਾ ਸਮਝਣਾ ਵੀ ਇਹ ਕੀ ਕਹਿੰਦਾ ਠੀਕ ਹੈ ਜੀ ਦੋ ਜਾਣੇ ਮੈਂ ਕਿਹਾ ਦੋ ਰੋਟੀਆਂ ਖਾ ਕਰ ਬਸ
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਕੀ ਨਾਮ ਤੁਹਾਡਾ? ਗੁੰਜਨ। ਗੁੰਜਨ, ਹਾਂਜੀ। ਕਿੱਥੋਂ ਬਿਲੋਂਗ ਕਰਦੇ ਹੋ ਜੀ? ਮੈਂ ਕਪੂਰਥਲਾ ਤੋਂ ਜੀ। ਕਪੂਰਥਲਾ ਤੋਂ? ਪੜ੍ਹਾਈ ਕਿੱਦਾਂ ਚੱਲਦੀ ਹੈ ਜੀ? ਬਹੁਤ ਵਧੀਆ ਚੱਲਦੀ ਸਰ। ਤੇ ਕੀ ਸ਼ੌਂਕ ਹੈ ਤੁਹਾਡੇ? ਮੇਰੇ ਸ਼ੌਂਕ ਸਿੰਗਿੰਗ ਹੋ ਗਿਆ, ਡਾਂਸ ਹੋ ਗਿਆ। ਸਿੰਗਿੰਗ ਹੋ ਗਿਆ, ਗੀਤ ਸੁਣਾਓ ਜੀ। ਨੀਤੂ ਰਾਣੀ ਮਹਿਲਾਂ ਦੀ ਅਸੀਂ ਗੋਰਖਨਾਥ ਦੇ ਚੇਲੇ, ਦੱਸ ਕਿੱਦਾਂ ਹੋਵਣ ਗਏ ਨੀ ਸੁੰਦਰਾ ਤੇਰੇ ਸਾਡੇ ਮੇਲੇ। ਨੀਤੂ ਰਾਣੀ ਮਹਿਲਾਂ ਦੀ ਅਸੀਂ ਗੋਰਖਨਾਥ ਦੇ ਚੇਲੇ, ਦੱਸ ਕਿੱਦਾਂ ਹੋਵਣ ਗਏ ਨੀ ਸੁੰਦਰਾ ਤੇਰੇ ਸਾਡੇ ਮੇਲੇ। ਸਤਿ ਸ਼੍ਰੀ ਅਕਾਲ ਜੀ। ਵੈਰੀ ਸਤਿ ਸ਼੍ਰੀ ਅਕਾਲ ਜੀ। ਵੈਰੀ ਸਤਿ ਸ਼੍ਰੀ ਅਕਾਲ। ਅੱਛਾ, ਪਹਿਲਾਂ ਅੰਗਰੇਜ਼ੀ ਫਿਰ ਪੰਜਾਬੀ? ਬਹੁਤ ਵਧੀਆ, ਬਹੁਤ ਵਧੀਆ ਜੀ। ਕਿੱਥੋਂ ਬਿਲੋਂਗ ਕਰਦੇ ਹੋ ਜੀ? ਕੀ ਨਾਮ ਜੀ? ਨਵਪ੍ਰੀਤ ਕੌਰ। ਨਵਪ੍ਰੀਤ ਕੌਰ, ਪੜ੍ਹਾਈ ਕਿੱਦਾਂ ਚੱਲਦੀ ਹੈ ਜੀ? ਪੜ੍ਹਾਈ ਦੌੜਦੀ ਹੈ। ਹਾਂ, ਦੌੜ ਰਹੀ ਹੈ ਉੱਪਰੋਂ ਜੀ। ਬਸ ਜਿੱਦਾਂ ਮਰਜ਼ੀ ਲੈ ਲਓ, ਇੱਦਾਂ ਨਾ ਲਓ, ਉੱਦਾਂ ਨਾ ਲਓ, ਦੌੜਦੀ ਹੈ। ਫੇਵਰੇਟ ਟੀਚਰ ਕਿਹੜੇ ਜੀ? ਫੇਵਰੇਟ ਸਾਰੇ ਵਧੀਆ। ਸਾਰੇ ਵਧੀਆ। ਕਿਸੇ ਦੀ ਐਕਟਿੰਗ ਲਾਉਂਗੇ ਟੀਚਰ ਨੇ? ਐਕਟਿੰਗ ਨਹੀਂ ਲੈਣੀ। ਹਾਂਜੀ, ਨੰਬਰ ਘੱਟ ਜਾਣਗੇ? ਨਹੀਂ, ਨੰਬਰ ਤਾਂ ਕੋਈ ਨਹੀਂ ਹੈ, ਖੈਰ ਅੱਗੇ ਵੀ ਉਨੇ ਕਹਿੰਦੇ ਹੁੰਦੇ। ਅੱਛਾ, ਪਹਿਲਾਂ ਵੀ ਉਨੇ ਕਿਉਂ ਆਉਂਦੇ ਆ? ਵੀ ਐਕਟਿੰਗ ਲਾੜੀ ਤਾਂ ਵੀ ਉਨੇ ਕਿ ਰਹਿਣੇ? ਉਨੇ ਕਿ ਰਹਿਣੇ। ਕਿੰਨੇ ਕਹਿੰਦੇ ਨੰਬਰ? ਆ ਜਾਂਦੇ ਆ। ਕਿੰਨੇ? 33? ਇੰਨੇ ਲਾ ਲਓ। ਇੰਨੇ? ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਚਲੋ ਜੀ, ਫੜੋ। ਸਤਿ ਸ਼੍ਰੀ ਅਕਾਲ ਜੀ। ਜਿੰਨੀਆਂ ਵੀ ਹੁਣ ਤੱਕ ਕੁੜੀਆਂ ਆਈਆਂ, ਜਿਵੇਂ ਕੁੜੀ ਨੂੰ ਬੁਲਾਵਾਂ, ਕੁੜੀ ਐਂ ਆਉਂਦੀ ਸੀ। ਸਤਿ ਸ਼੍ਰੀ ਅਕਾਲ ਜੀ। ਇਹ ਆਈ ਆ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਦਾਂ ਜੀ? ਵਧੀਆ ਜੀ। ਕੀ ਨਾਮ ਹੈ ਜੀ? ਭਾਵਨਾ। ਭਾਵਨਾ, ਹਾਂਜੀ। ਕਿੱਥੋਂ ਬਿਲੋਂਗ ਕਰਦੇ ਹੋ ਜੀ? ਕਪੂਰਥਲੇ ਤੋਂ। ਕਪੂਰਥਲੇ ਤੋਂ? ਕੀ ਸ਼ੌਂਕ ਹੈ ਜੀ? ਬੋਲੀਆਂ। ਬੋਲੀਆਂ, ਮਾੜੇ ਗਾਂ ਹੋ ਜੀ, ਤੁਸੀਂ ਆਓ ਜੀ। ਜ਼ੋਰ ਦੀ ਇਹਨਾਂ 'ਚ ਵੱਜਣਾ ਜਾ ਕੇ ਜੀ, ਇਹਨਾਂ 'ਚ ਵੱਜਣਾ, ਜ਼ੋਰ ਦੀ ਇਹਨਾਂ ਨੂੰ ਹਿਲਾਉਣਾ। ਉਹਦੇ ਵਿਚਾਰੀ ਤਾਂ ਕੁਛ ਨਹੀਂ ਰਹਿਣਾ। ਤੁਸੀਂ ਹਿਲਣਾ ਨਹੀਂ, ਤੁਸੀਂ ਐਂ ਹੀ ਖੜਨਾ ਹੈ। ਇੱਥੇ ਖੜੋ। ਜ਼ੋਰ ਦੀ ਵੱਜਣਾ ਜਾ ਕੇ। ਲੋ ਜੀ, ਪਹਿਲਵਾਨਾਂ ਦੇ ਪਹਿਲਵਾਨ, ਇੱਕ ਪਾਸੇ ਛੋਟਾ ਪਹਿਲਵਾਨ, ਇੱਕ ਪਾਸੇ ਮੋਟਾ ਪਹਿਲਵਾਨ। ਪਹਿਲਵਾਨਾਂ ਦਾ ਭੇੜ, ਕੁੰਡੀਆਂ ਦੇ ਸਿੰਘ ਫਸਲ ਗਿਆ। ਚੱਲ ਗੁੱਡੀ, ਤੁਸੀਂ ਆਓ ਜੀ। ਉਹ ਗੱਲਾਂ ਗੋਲ ਮੋਲ ਅੱਖ ਤੇਰੀ ਬਿੱਲੀ, ਗੱਲਾਂ ਗੋਲ ਮੋਲ ਅੱਖ ਤੇਰੀ, ਮੈਨੂੰ ਲੱਗਦੀ ਹੈ ਥੋੜ੍ਹੀ ਜੀ ਤੂੰ, ਮੈਨੂੰ ਲੱਗਦੀ ਹੈ ਥੋੜ੍ਹੀ ਜੀ ਤੂੰ ਬਿੱਲੀ। ਹੋਰ ਜੀ, ਠੀਕ? ਤੁਸੀਂ ਸੁਣਾਓ। ਕੀ ਨਾਂ ਜੀ? ਰੀਮਾ। ਰੀਮਾ, ਕਿੱਥੋਂ ਬਿਲੋਂਗ ਕਰ ਰਹੇ ਜੀ? ਕਪੂਰਥਲਾ। ਕਪੂਰਥਲਾ, ਕੀ ਸ਼ੌਂਕ ਹੈ ਜੀ? ਸ਼ੌਂਕ ਕੁਕਿੰਗ, ਸਿੰਗਿੰਗ। ਸਿੰਗਿੰਗ ਸੁਣਾਓ ਜੀ, ਕੀ ਸੁਣਾਓ? ਫਰੈਂਡਸ ਨੂੰ ਬੁਲਾ ਲਾਂ। ਇੱਕ ਨੂੰ ਬੁਲਾਓ ਜੀ। ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਇਆ, ਆਵੋ ਸਾਹਮਣੇ, ਆਵੋ ਸਾਹਮਣੇ, ਕੋਲੋਂ ਦੀ ਰੁੱਸ ਕੇ ਨਾ ਲੰਘ ਮਾਇਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਜੀ? ਸਤਿੰਦਰਪਾਲ ਕੌਰ। ਸਤਿੰਦਰਪਾਲ, ਉਹ ਵੈਸੇ ਤੰਗ ਕਰ ਰਹੇ ਸੀ। ਹੋਰ ਸੁਣਾਓ ਜੀ। ਵਧੀਆ, ਤੁਸੀਂ ਸੁਣਾਓ? ਵਧੀਆ ਜੀ। ਕੀ ਸ਼ੌਂਕ ਹੈ ਤੁਹਾਡੇ? ਸੌਣ ਦਾ, ਖਾਣ ਦਾ। ਸੌਣ ਦਾ? ਆਹ ਸ਼ੌਂਕ ਮੈਨੂੰ ਵੀ ਬਹੁਤ ਆ, ਮੈਂ ਬਹੁਤ ਸੌਂਦਾ। ਬਹੁਤ ਵਧੀਆ ਸ਼ੌਂਕ ਹੈ ਜੀ। ਇਹ ਸ਼ੌਂਕ ਰਾਜੇ ਬੇਟੇ ਪਾਲਦੇ ਹੁੰਦੇ। ਰਾਜੇ ਬੇਟੀਆਂ ਵੀ? ਰਾਜੇ ਬੇਟੀਆਂ ਵੀ, ਹਾਂਜੀ ਜੀ। ਸੁੱਤੇ ਰਹੋ ਬਸ। ਬਹੁਤ ਵਧੀਆ, ਬਹੁਤ ਵਧੀਆ। ਹੋਰ ਸ਼ੌਂਕ ਜੀ? ਹੋਰ ਖਾਣ ਦਾ। ਖਾਣ ਦਾ? ਉਹ ਲੱਗ ਨਹੀਂ ਰਿਹਾ। ਭੱਜ ਭੁਜ ਵੀ ਲਈਦਾ? ਰਨਿੰਗ ਰਨਿੰਗ ਭਜਾ ਵੀ ਲਈਦਾ ਜੀ। ਕਿਹਨੂੰ ਭਜਾਇਆ ਜੀ? ਬਹੁਤਿਆਂ ਨੂੰ। ਬਹੁਤਿਆਂ ਨੂੰ? ਬਹੁਤ ਜੀ, ਫੜ ਕੇ ਆ ਕੇ ਚੱਪਲ ਤੇ ਭਜਾ ਦੋ। ਅੱਛਾ ਜੀ, ਜਮਾ ਮੈਨੂੰ ਡਾਂਟਣਾ ਜੀ, ਜਮਾ ਮੈਂ ਖਾਣਾ। ਛੇੜੋ ਤੇ ਸਹੀ, ਬਿਨਾਂ ਛੇੜੇ ਫੂਕਾ ਕਰ ਦੋ। ਇਹ ਪਹਿਲੀ ਇਹ ਵੀ ਬੜੀ ਖੁਸ਼ੀ ਨਾਲ ਕਹਿੰਦੀ ਛੇੜ ਦੋ। ਚਲੋ ਠੀਕ ਹੈ, ਛੇੜਨ ਵਾਲਾ ਵੀ ਤਾਂ ਵਧੀਆ ਹੀ ਆ। ਚਲੋ ਛੇੜਨਾ ਜੀ। ਮੈਂ ਉਧਰ ਜਾ ਰਿਹਾ, ਤੁਹਾਨੂੰ ਬੁਲਾਇਆ ਜੀ? ਨਾ ਨਾ, ਤੇਰੇ ਦੇਖਣੀ ਚੰਗੀ ਨਹੀਂ ਲੱਗਦੀ ਮੈਨੂੰ। ਅੱਛਾ ਜੀ, ਹਾਂਜੀ। ਤੁਸੀਂ ਮੇਰੀ ਦੇਖਣੀ ਕਿਉਂ ਦੇਖੀ ਜਾਂਦੇ ਹੋ? ਹਾਂਜੀ। ਤੁਸੀਂ ਮੇਰੀ ਦੇਖਣੀ ਕਿਉਂ ਦੇਖ ਰਹੇ ਹੋ ਜੀ? ਕਿਉਂਕਿ ਜੀ ਤੁਹਾਡੀ ਦੇਖਣੀ ਬਹੁਤ ਖਰਾਬ ਹੈ ਤੇ ਮੈਂ ਡਾਕਟਰ ਬਣਨ ਵਾਲੀ ਆ। ਮੈਂ ਜਾਵਾਂ ਹੁਣ ਪਿੰਡ ਨੂੰ। ਜਾਓ, ਜੇ ਲੱਤਾਂ ਸਲਾਮਤ ਤੇ ਜਾਓ, ਨਹੀਂ ਤੇ ਕਰ ਦਿੰਨੇ ਆ। ਸਲਾਮਤ ਜੀ? ਹਾਂਜੀ, ਸਲਾਮਤ ਜੀ। ਜਾਓ ਫਿਰ, ਟਿੱਕਾ ਰਹੋ। ਚੰਗਾ ਫਿਰ, ਜਾਓ ਜਾਓ। ਜੇ ਤੂੰ ਦੇਖੀ ਰਾਜ ਨਾ ਆਈਏ, ਸਾਨੂੰ ਹੋਰ ਬਥੇਰੀਆਂ। ਮੇਰੇ ਵਰਗੀ ਨਹੀਂ ਲੱਭਦੀ। ਹਾਂ, ਤੇਰੇ ਵਰਗੀ ਜਿਹਨੂੰ ਲੱਭ ਗਈ ਉਹਦਾ ਤਰਜੂ ਵੀ ਆ ਲੱਭ ਗਈ। ਗੋਡ ਬਲੈਸ ਯੂ, ਬਾਬਾ ਮਿਹਰ ਕਰੇ ਜੀ। ਥੈਂਕ ਯੂ ਸਰ। ਹਾਂਜੀ, ਧੱਕਾ ਵੱਜ ਕੇ ਆ ਗਏ ਹੈ। ਕੀ ਨਾਂ ਜੀ ਤੁਹਾਡਾ?
ਚੰਦਾ ਕਿੱਥੋਂ ਬਿਲੋਂਗ ਕਰਦੇ ਹੋ ਜੀ ਕਪੂਰਥਲੇ ਤੋਂ ਹੀ ਤੁਹਾਡੇ ਸ਼ੌਂਕ ਜੀ ਸਿੰਗਿੰਗ ਸੁਣਾਓ ਜੀ ਤੂੰ ਵਾਦਾ ਕੀਤਾ ਸੀ ਕਿ ਜਿੰਦ ਤੇਰੀ ਖੁਸ਼ੀਆਂ ਨਾਲ ਭਰ ਦੂੰ ਤੂੰ ਆਖਦਾ ਹੁੰਦਾ ਸੀ ਕਿ ਜਨ ਤੇਰੇ ਪੈਰਾਂ ਵਿੱਚ ਤਰ ਦੂੰ ਨਾ ਤੂੰ ਵਾਦਾ ਪੂਰਾ ਕੀਤਾ ਨਾ ਤੂੰ ਚੰਨ ਹੀ ਲੈ ਆਇਆ ਮੇਰੇ ਕਮਲੇ ਦਿਲ ਨੂੰ ਕਿਉਂ ਤੂੰ ਐਵੇਂ ਦੁੱਖਾਂ ਵਿੱਚ ਪਾਇਆ ਕਿ ਦੱਸ ਮਜਬੂਰੀ ਪੈ ਗਈ ਸਤਿ ਸ਼੍ਰੀ ਅਕਾਲ ਜੀ ਹੈਲੋ ਹੈ ਜੀ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਮਚ ਕੀ ਨਾਂ ਹੈ ਤੁਹਾਡਾ ਕੋਮਲ ਹਾਂਜੀ ਧੰਨਵਾਦ ਜੀ ਧੰਨਵਾਦ ਜੀ ਕੀ ਹੈ ਜੀ ਇਹ ਕਿਉਂ ਦਿੱਤਾ ਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਗੀਤ ਸੁਣਾਓ ਜੀ ਸੁਰਖ ਗੁਲਾਬੀ ਬੁੱਲੀਆਂ ਤੂੰ ਜਦੋਂ ਬੋਲਣ ਲਈ ਖੁੱਲੀਆਂ ਪਤਾ ਨੀ ਕੀ ਜਾਦੂ ਕਰਦਾ ਹੋਛਾ ਜਗਦੀਆਂ ਬੁੱਲੀਆਂ ਮਿੱਟੇ ਮਿੱਟੇ ਬੋਲਾਂ ਦੇ ਨਾਲ ਦਿਲ ਮੇਰਾ ਡੱਕੀ ਹੀ ਜਾਵੇ ਮੈਂ ਜਿੰਨਾ ਤੈਨੂੰ ਦੇਖੀ ਹੀ ਜਾਵਾਂ ਤੂੰ ਓਨਾ ਸੋਹਣਾ ਲੱਗੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਤੁਸੀਂ ਹੋਰ ਦੇਖੀ ਜਾਓ ਜੀ ਮੈਂ ਹੋਰ ਸੋਹਣਾ ਲੱਗੀ ਜਾਊਂਗਾ ਹਾਂਜੀ ਬਸ ਠੀਕ ਹੈ ਤੁਸੀਂ ਸੋਹਣੇ ਸੋਹਣੇ ਲੱਗਣਾ ਬਸ ਕੋਈ ਦੇਖੀ 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 ਜਾਇਓ ਹਾਂਜੀ ਹਾਂਜੀ ਥੈਂਕ ਯੂ ਸੋ ਮਚ ਹੁਣ ਵੇਲਾ ਹੋ ਚੁੱਕਿਆ ਜੀ ਇੱਥੇ ਦੇ ਟੀਚਰ ਸਾਹਿਬਾਨਾਂ ਨਾਲ ਗੱਲ ਕਰਨ ਦੇ ਨਾਲ ਮੇਰੇ ਨਾਲ ਨੇ ਜੀ ਪ੍ਰਿੰਸੀਪਲ ਮੈਮ ਪ੍ਰਿੰਸੀਪਲ ਮੈਮ ਅਰਚਨਾ ਗਰਗ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਠੀਕ ਹੈ ਜੀ ਬਹੁਤ ਵਧੀਆ ਤੁਸੀਂ ਸੁਣਾਓ ਠੀਕ ਹੈ ਜੀ ਪਰਿਵਾਰ 'ਚ ਕੌਣ ਕੌਣ ਹੈ ਜੀ ਪਰਿਵਾਰ 'ਚ ਮੰਮੀ ਪਾਪਾ ਹੈ ਹਸਬੈਂਡ ਹੈ ਅੱਛਾ ਬੇਟੇ ਹੈ ਦੋ ਠੀਕ ਹੈ ਜੀ ਉਹਨਾਂ ਨੂੰ ਡਾਂਟਦੇ ਹੁੰਦੇ ਹੋ ਜੀ ਉਹ ਮੈਨੂੰ ਡਾਂਟਦੇ ਆ ਵੈਸੇ ਅੱਛਾ ਜੀ ਮਤਲਬ ਕਿ ਸਕੂਲ ਕਾਲਜ 'ਚ ਤੁਹਾਡੀ ਸਰਦਾਰੀ ਜੀ ਕਾਲਜ ਘਰ 'ਚ ਉਹਨਾਂ ਦੀ ਸਰਦਾਰੀ ਠੀਕ ਹੈ ਬੈਲੈਂਸ 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 ਬਹੁਤ ਵਧੀਆ ਜੀ ਤੇ ਮੈਮ ਇੱਥੇ ਕਿਹੜੇ ਕਿਹੜੇ ਕੋਰਸਿਸ ਨੇ ਇੱਥੇ ਆਈਟੀ 'ਚ ਹੈ ਮੇਰੇ ਕੋਲ ਬੀ ਸੀ ਹੈ ਬੀ ਐੱਸ ਸੀ ਆਈ ਟੀ ਹੈ ਐੱਮ ਐੱਸ ਸੀ ਆਈ ਟੀ ਹੈ ਬੀ ਕੌਮ ਬੀ ਐੱਸ ਸੀ ਕੰਪਿਊਟਰ ਸਾਇੰਸ ਹੈ ਕਾਮਰਸ ਹੈ ਬੀ ਬੀ ਏ ਹੈ ਬੀ ਕੌਮ ਹੈ ਬੀ ਕੌਮ ਰੈਗੂਲਰ ਹੈ ਪ੍ਰੋਫੈਸ਼ਨਲ ਹੈ ਐੱਮ ਕੌਮ ਹੈ ਐੱਮ ਏ ਹਿੰਦੀ ਹੈ ਐੱਮ ਏ ਪੰਜਾਬੀ ਹੈ ਐੱਮ ਐੱਸ ਸੀ ਫੈਸ਼ਨ ਡਿਜ਼ਾਇਨਿੰਗ ਹੈ ਔਰ ਆਰਟਸ ਦੇ ਵਿੱਚ ਮੇਰੇ ਕੋਲ ਆਪਸ਼ਨਲ ਸਬਜੈਕਟਸ ਬਹੁਤ ਹੈਗੇ ਫਾਈਨ ਆਰਟਸ ਹੈ ਫੈਸ਼ਨ ਡਿਜ਼ਾਇਨਿੰਗ ਹੈ ਸੋਸ਼ੋਲੋਜੀ ਹੈ ਪੋਲੀਟੀਕਲ ਸਾਇੰਸ ਹੈ ਹਿਸਟਰੀ ਐਟ ਵਗੈਰਾ ਵਗੈਰਾ ਠੀਕ ਹੈ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਠੀਕ ਹੈ ਜੀ ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ ਮੈਂ ਕਪੂਰਥਲੇ ਦੀ ਤੁਹਾਡੇ ਕੋਲ ਸਬਜੈਕਟ ਕਿਹੜਾ ਜੀ ਮੇਰਾ ਫਿਜ਼ੀਕਲ ਐਜੂਕੇਸ਼ਨ ਫਿਜ਼ੀਕਲ ਐਜੂਕੇਸ਼ਨ ਸਪੋਰਟਸ ਵਾਲੇ ਵਧੀਆ ਜੀ ਵਧੀਆ ਇਹ ਬੱਚਿਆਂ ਨੂੰ ਦੌੜਾਉਂਦੇ ਆ ਅੱਛਾ ਜੀ ਅੱਛਾ ਤੇ ਘਰੇ ਵੀ ਦੌੜਾਉਂਦੇ ਹੋ ਜੀ ਹਾਂ ਨਹੀਂ ਕਰਦੇ ਬੱਚਿਆਂ ਨੂੰ ਜੀ ਨਹੀਂ ਜੀ ਅੱਛਾ ਜੀ ਅੱਛਾ ਜੀ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਠੀਕ ਹੈ ਜੀ ਤੁਸੀਂ ਤੁਹਾਡਾ ਨਾਮ ਜੀ ਵਿਜੇ ਪਠਾਣੀਆ ਓਕੇ ਮੈਮ ਤੁਹਾਡੇ ਕੋਲ ਸਬਜੈਕਟ ਜੀ ਇੱਥੇ ਮੇਰਾ ਇਕਨੋਮਿਕਸ ਇਕਨੋਮਿਕਸ ਪਰਿਵਾਰ 'ਚ ਕੌਣ ਕੌਣ ਹੈ ਮੇਰੇ ਮਦਰ ਹੈ ਓਕੇ ਮੇਰੇ ਹਸਬੈਂਡ ਔਰ ਦੋ ਬੇਟੇ ਹੈ ਦੋ ਬੇਟੇ ਉਹ ਹੀ ਕਰਦੇ ਜੀ ਉਹ ਇੱਕ ਨੇ ਬੀਟੈਕ ਕੰਪਲੀਟ ਕਰ ਲਈ ਔਰ ਇੱਕ ਬੀਟੈਕ ਕਰ ਰਿਹਾ ਉਹ ਬੀਟੈਕ ਕਰ ਰਿਹਾ ਜੀ ਹਾਂਜੀ ਕਹਿਣਾ ਪੂਰਾ ਮੰਨਦੇ ਤੁਹਾਨੂੰ ਉਹ ਤਾਂ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਦੇ ਬੱਚੇ ਚਲੋ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਨਾਂ ਜੀ ਸ਼ਿਵਾਨੀ ਸ਼ਿਵਾਨੀ ਓਕੇ ਜੀ ਤੁਸੀਂ ਸੁਣਾਓ ਜੀ ਸਜਣਾ ਦੋ ਪੱਤਰ ਅਨਾਰਾਂ ਦੇ ਸਾਡੀ ਗਲੀ ਲੰਘ ਮਾਈਆ ਹੈ ਸਾਡੀ ਗਲੀ ਲੰਘ ਮਾਈਆ ਦੁੱਖ ਟੁੱਟਣ ਬਿਮਾਰਾਂ ਦੇ ਸਜਣਾ ਦੁੱਖ ਟੁੱਟਣ ਬਿਮਾਰਾਂ ਦੇ ਥੈਂਕ ਯੂ ਸੋ ਮਚ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਜੀ ਮੰਗਲਾ ਤੁਸੀਂ ਕੀ ਪੜ੍ਹਾਉਂਦੇ ਹੋ ਜੀ ਇੱਥੇ ਮੈਂ ਡਿਪਾਰਟਮੈਂਟ ਆਫ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੀ ਹੈਡ ਹਾਂ ਇੱਥੇ ਓਕੇ ਜੀ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਪੱਤਰਕਾਰੀਤਾ ਪੱਤਰਕਾਰੀਤਾ ਅੱਛਾ ਜੀ ਤੁਸੀਂ ਪੜ੍ਹੇ ਕਿੱਥੋਂ ਜੀ ਮੇਰੀ ਮਾਸਟਰਸ ਹੈਗੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਅਤੇ ਐਮ ਫਿਲ ਹੈਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅੱਛਾ ਆਪਾਂ ਦੇਖਦੇ ਹਾਂ ਖਬਰਾਂ ਦੇ ਵਿੱਚ ਅੱਜ ਕੱਲ੍ਹ ਖਬਰਾਂ ਇੱਦਾਂ ਦੀਆਂ ਵੀ ਚੱਲਦੀਆਂ ਜੀ ਮੀਡੀਆ ਦੇ ਵਿੱਚ ਕਿ ਪੇੜ ਦੇ ਉੱਤੇ ਜਦੋਂ ਬਿੱਲੀ ਚੜ ਗਈ ਉਹਨੂੰ ਆਪਣੇ ਅਖਬਾਰ ਹਨਾ ਟੀਵੀ ਵਾਲੇ ਪੂਰੇ ਦਿਖਾਉਂਦੇ ਕਿ ਦੇਖੀਏ ਪੇੜ ਕੇ ਉੱਪਰ ਚੜ ਗਈ ਹੈ ਬਿੱਲੀ ਹਨਾ ਹੋਇਆ ਕੁਛ ਨਹੀਂ ਹੁੰਦਾ ਜੀ ਪਰ ਸਾਹਮਣੇ ਵਾਲੇ ਨੂੰ ਡਰਾਉਂਦੇ ਆ ਵੀ ਪਤਾ ਨਹੀਂ ਕੀ ਹੋ ਗਿਆ ਜੀ ਇੱਦਾਂ ਤੁਸੀਂ ਕੁਛ ਪੇਸ਼ ਕਰ ਸਕਦੇ ਹੋ ਨਮਸਕਾਰ ਆਪ ਦੇਖ ਰਹੇ ਹੋ ਅਭੀ ਮੰਗਨਾ ਸਾਨੀ ਕੇ ਸਾਥ ਐਮ ਐਚ 1 ਚੈਨਲ ਅਭੀ ਹਮ ਆਪਕੋ ਲਾਈਵ ਤਰੀਕਾ ਸਿਖਾਨੇ ਜਾ ਰਹੇ ਹੈ ਜਹਾਂ ਪੇ
बिल्ली चढ़ चुकी है पेड़ के। ये पहली बार हो रहा है सिर्फ हमारे ही चैनल पे जहाँ पे बिल्ली चढ़ी है पेड़ के। कैसे चढ़ी है और वो चोरी चोरी करके ऐसे ऐसे करके चढ़ी, अभी हम देखेंगे वो चढ़ी कैसे। आप देखते ही रहना क्योंकि ये सिर्फ एक्सक्लूसिव न्यूज चल रही है हमारे ही चैनल पर। आप देखते रहिए, मिलते हैं आपको ब्रेक के बाद। देखना जरूर कि बिल्ली चढ़ी कैसी पेड़ के। बिल्ली चढ़ के में गई ये तो पता लगा। बहुत बढ़िया, थैंक यू सो मच। सत श्री अकाल जी। सत श्री अकाल जी। ਤੁਹਾਡਾ ਨਾਮ ਜੀ? ਮੇਗਾ ਗਰੋਵਰ। ਮੇਗਾ ਗਰੋਵਰ, ਤੁਸੀਂ ਕੀ ਪੜਾਉਂਦੇ ਹੋ? ਕਿਹੜਾ ਡਿਪਾਰਟਮੈਂਟ? ਇੰਗਲਿਸ਼ ਦੇ ਵਿੱਚ। ਇਹ ਨਹੀਂ ਆਈ ਜੀ? ਆਈ ਨਹੀਂ ਕਦੇ। ਇਹ ਆਈ ਨਹੀਂ ਜੀ। ਤੁਸੀਂ ਸਾਡੇ ਕਾਲਜ ਐਡਮਿਸ਼ਨ ਲੈ ਲਓ। ਬਸ ਤੁਸੀਂ ਮੈਨੂੰ ਪੜਾਉਣਾ ਜੀ ਅੱਜ। ਬਸ ਠੀਕ ਹੈ ਜੀ, ਜ਼ਰੂਰ। ਤੁਸੀਂ ਇੰਗਲਿਸ਼ ਪੜਾਉਣੀ ਹੈ ਜੀ? ਮੈਂ ਜਮਾ ਪਿੰਡ ਦਾ ਬੰਦਾ ਜੀ, ਇੰਗਲਿਸ਼ ਪੜਾਉਣੀ ਹੈ। ਠੀਕ ਹੈ। ਪਿੰਡ ਵਾਲਾ ਮੁੰਡਾ ਜੀ? ਹਾਂ, ਡਾਂਗ ਉਹ ਤੁਹਾਡੀ ਭਲੀ ਹੋ ਜੇ। ਡਾਂਗ ਵੀ ਨਾਲ ਹੀ ਆ ਗਈ ਜੀ। ਵੇ ਕਮਨ। ਯੈਸ। ਟੈਸਟ ਦਿਆ ਤਾਂ ਪੜ੍ਹ ਕੇ ਆਏ ਹੋ? ਅੱਜ ਟੈਸਟ ਨਹੀਂ ਸੀਗਾ, ਟੈਸਟ ਕੱਲ੍ਹ ਹੈ ਜੀ। ਤੁਹਾਡਾ ਬੇਟਾ ਪੋਸਟਪੋਨ ਹੋ ਜਾਂਦਾ ਹੈ ਰੈਗੂਲਰਲੀ? ਨਹੀਂ ਨਹੀਂ, ਟੈਸਟ ਕੱਲ੍ਹ ਲੈ ਲਓ ਜੀ, ਅੱਜ ਪੜ੍ਹਾ ਦਿਓ ਜੀ। ਚਲੋ, ਕੀ ਪੜ੍ਹਨਾ ਚਾਹੁੰਦੇ ਹੋ ਅੱਜ ਦੱਸੋ ਫਿਰ। ਅੰਗਰੇਜ਼ੀ ਜੀ। ਕਿੱਦਾਂ? ਅੱਛਾ, ਏ ਬੀ ਸੀ ਡੀ ਆਉਂਦੀ ਹੈ? ਇਹ ਤਾਂ ਆਉਂਦੀ ਹੈ ਜੀ। ਆਉਂਦੀ ਹੈ, ਸੁਣਾਓ ਇੱਕ ਵਾਰੀ ਮੈਨੂੰ ਫਿਰ। ਏ, ਹਾਂਜੀ, ਬੀ, ਹਾਂਜੀ, ਸੀ ਡੀ, ਈ, ਐਫ, ਜੀ, ਐਚ, ਆਈ। ਬਿਲਕੁਲ ਆਈ। ਆਈ ਦੋ ਵਾਰੀ ਬੇਟਾ? ਉਹ ਆਈ ਸੀਗੀ ਨਾ ਜੀ, ਫਿਰ ਚਲੇ ਗਈ ਜੀ, ਲੱਭੀ ਨਹੀਂ ਮੈਂ। ਅੱਛਾ ਅੱਛਾ, ਚਲੇ ਗਈ। ਹਾਂਜੀ, ਓਕੇ ਓਕੇ, ਚਲੋ ਅੱਗੇ ਦੱਸੋ। ਆਈ ਜੇ ਕੇ ਐਲ ਐਮ ਐਨ ਓ ਓ ਓ। आपका देख के मुझे लग नहीं रहा कि आप कुछ पढ़ोगे। आप आई और ओ ही करोगे और कुछ नहीं करोगे आप। हाँ, इसलिए ओ भी जरूरी होता है जिंदगी। नहीं, जरूरी होता पर पढ़ के जरूरी होता। ਜ਼ਰੂਰੀ ਹੁੰਦਾ ਹੈ ਪਰ ਉਹ ਪੜ੍ਹ ਕੇ ਪਹਿਲਾਂ ਏ ਬੀ ਸੀ ਡੀ ਪੂਰੀ ਜ਼ੈਡ ਤੱਕ ਸਿੱਖੋ, ਫਿਰ ਉਹ ਕਰਾਂਗੇ। ਮੈਂ ਉਹ ਤੇ ਆ ਗਿਆ ਜੀ, ਕੇ ਐਲ ਐਮ ਐਨ ਓ ਪੀ ਕਿਊ ਆਰ ਐਸ ਟੀ ਯੂ ਵੀ ਡਬਲਯੂ ਐਕਸ ਵਾਈ ਜ਼ੈਡ। ਹਾਂ, ਇਹ ਠੀਕ ਹੈ। ਅੱਗੇ ਆਉਂਦੀ ਤਾਂ ਹੈ ਜੀ। ਆਈ ਓ ਤੇ ਅਟਕਣਾ ਨਹੀਂ, ਆਈ ਓ ਤੇ ਅਟਕ ਜਾਂਦਾ ਜੀ। ਆਈ ਤੇ ਮੈਂ ਬਹੁਤ ਅਟਕਦਾ ਨਹੀਂ। ਨਹੀਂ ਨਹੀਂ, ਇਦਾਂ ਬੇਟਾ ਅਟਕੋਗੇ ਤੇ ਜ਼ਿੰਦਗੀ ਚ ਅਟਕਦੇ ਹੀ ਰਹਿ ਜਾਓ। ਜਦੋਂ ਤੁਸੀਂ ਪੜ੍ਹਦੇ ਸੀ ਤੁਸੀਂ ਅਟਕੇ ਨਹੀਂ ਜਾਈ ਹੋਈ ਤੇ? ਨਹੀਂ ਨਹੀਂ, ਇਦਾਂ ਕਦੀ ਨਹੀਂ। ਉਹ ਤੇ ਅਟਕੇ ਹੋਗੇ ਨਾ ਫਿਰ? ਨਹੀਂ 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 ਨਹੀਂ, ਬਾਬਾ ਤੁਹਾਨੂੰ ਛੇਤੀ ਅਟਕਾਵੇ। ਪੜ੍ਹਾਉਣੇ ਵਾਲਾ ਮੈਂ ਹੂੰ ਜੀ। ਮੈਂ ਆਪਕਾ ਪ੍ਰੋਫੈਸਰ ਹੋ ਗਿਆ ਜੀ, ਲੈਕਚਰਰ, ਪੰਜਾਬੀ ਦਾ ਲੈਕਚਰ ਸੀਗਾ ਜੀ। ਬੀ ਏ ਕਰਦੀ ਨੀਟ ਬੀ ਏ, ਠੀਕ ਹੈ। ਗੁੱਡੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਕਿਵੇਂ ਹੋ ਗੁੱਡੀ? ਵਧੀਆ ਸਰ। ਗੁੱਡੀ, ਵਿਆਹ ਹੋ ਗਿਆ ਸਰ? ਘਰਦਿਆਂ ਨੇ ਕਰਤਾ। ਘਰਦਿਆਂ ਨੇ ਫੜ ਕੇ ਲਈ ਹੈ ਲਾਵਾਂ? ਲਾਵਾਂ ਤਾਂ ਆਪ ਹੀ ਲਈਆਂ ਤੁਸੀਂ? ਹਾਂਜੀ ਹਾਂਜੀ। ਬਹੁਤ ਬਹੁਤ ਮੁਬਾਰਕਾਂ ਗੁੱਡੀ। ਥੈਂਕ ਯੂ ਸਰ। ਸੱਦਿਆ ਨਹੀਂ ਸਾਨੂੰ, ਪੰਜਾਬੀ ਵਾਲੇ ਪ੍ਰੋਫੈਸਰ ਤਾਂ ਹੋਈ ਰਹਿ ਗਏ ਸਰ। ਕੋਰਟ ਮੈਰਿਜ ਸੀ ਨਾ? ਉਹ ਤੁਹਾਡੀ ਭਲੀ ਹੋ ਜੇ, ਅਦਾਲਤੀ ਵਿਆਹ। ਹੋਰ ਬੱਚੇ ਅੱਜ ਕੱਲ੍ਹ ਬਹੁਤ ਅੱਗੇ ਵੱਧ ਗਏ, ਦੇਖੋ ਮਾਸਟਰ 40-40 ਸਾਲ ਦੇ ਛੜੇ ਬੈਠੇ ਆ। ਜਿਹੜੇ ਗੁੱਡੇ ਪੜ੍ਹਦੇ ਆ, ਗੁੱਡੇ ਗੁੱਡੀਆਂ ਵਿਆਹ ਕਰ ਰਹੇ ਹੈ। ਟੈਂਟ ਵਾਲਾ ਵਿਆਹ ਕਦੋਂ ਜੀ? ਵੱਡਾ ਪ੍ਰੋਗਰਾਮ ਕਦੋਂ ਰੱਖਿਆ? ਸਲਾਹ ਚੱਲ ਰਹੀ ਹੈ ਸਰ, ਹਲੇ ਤੁਹਾਨੂੰ ਜ਼ਰੂਰ ਦੱਸਾਂਗੇ। ਜ਼ਰੂਰ ਦੱਸਿਓ ਜੀ, ਕੋਈ ਸਲਾਹ ਮਸ਼ਵਰੇ ਦੀ ਲੋੜ ਹੋਵੇ ਪੰਜਾਬੀ ਵਾਲੇ ਪ੍ਰੋਫੈਸਰ ਨੂੰ ਜ਼ਰੂਰ ਦੱਸਣਾ ਜੀ। ਜ਼ਰੂਰ 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 ਜੀ। ਮੈਂ ਵੀ ਦੇਖਾਂ ਵੀ ਸਾਡਾ ਵਿਆਹ ਕਿਉਂ ਨਹੀਂ ਹੋ ਰਿਹਾ, ਤੁਹਾਡਾ ਕਿਵੇਂ ਹੋ ਗਿਆ? ਨਾਲੇ ਕਈ ਵਾਰ ਵਿਆਹ 'ਚ ਕੋਈ ਲੱਭ ਵੀ ਲੈਂਦਾ ਹੁੰਦਾ ਜੀ ਪ੍ਰੋਫੈਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਹੈ ਤੁਹਾਡਾ? ਮੋਨਿਕਾ ਸ਼ਰਮਾ। ਮੋਨਿਕਾ ਜੀ, ਤੁਸੀਂ ਕੀ ਪੜ੍ਹਾਉਂਦੇ ਹੋ ਜੀ? ਇਕਨੋਮਿਕਸ। ਇਕਨੋਮਿਕਸ ਬਹੁਤ ਔਖੀ ਹੈ ਜੀ। ਬਹੁਤ ਔਖੀ। ਕਾਫੀ ਦਿਮਾਗ ਲਾਦਾ। ਡੈਫੀਨੇਟ। ਹਾਂ ਜੀ। ਜੋ ਤੁਸੀਂ ਪੜ੍ਹਦੇ ਸੀਗੇ ਜੀ, ਹਾਂਜੀ, ਸ਼ਰਾਰਤਾਂ ਕਰਦੇ ਸੀਗੇ ਜੀ? ਨਹੀਂ। ਅੱਛਾ, ਟੀਵੀ ਤੇ ਨਾ? ਕਿ ਟੀਵੀ ਤੇ? ਬਹੁਤ ਸਿਆਣੀ ਕੁੜੀ, ਬਹੁਤ ਸੈਂਸੀ ਹੈ, ਯੂ نو ਸੈਂਸੀ। ਆ ਵੀ ਡੈਫੀਨੇਟਲੀ। ਹੁਣ ਤੁਸੀਂ ਪੁੱਛਿਆ ਤੇ ਮੈਂ ਜਵਾਬ ਦੇ ਦਿੱਤਾ। ਬਹੁਤ ਸਿਆਣੇ ਕੁੜੀ। ਹਾਂਜੀ। ਵਿਆਹ ਹੋ ਗਿਆ ਤੁਹਾਡਾ? ਨਹੀਂ ਹੋਇਆ? ਨਹੀਂ। ਕਿੱਦਾਂ ਦਾ ਲੱਭਦੇ ਹੋ ਜੀ ਘਰ ਵਾਲਾ? ਇੱਕ ਪਾਰਟਨਰ ਕਿੱਦਾਂ ਦਾ ਹੋਣੀ ਚਾਹੀਦੀ? ਉਹਦੀ ਕਿਹੜੀ ਕਿਹੜੀ ਕੁਆਲਿਟੀ ਹੋਣੀ ਚਾਹੀਦੀ? ਕੇਅਰਫੁਲ ਹੋਵੇ। ਕੇਅਰਫੁਲ ਹੋਵੇ? ਕਿੱਦਾਂ ਤੁਹਾਡਾ ਕੇ ਸਾਰਿਆਂ ਦਾ? ਅੱਛਾ, ਤੁਹਾਡਾ ਤੁਹਾਡਾ ਤੁਹਾਡੇ ਵਾਂਗ ਬੋਲਦਾ ਨਾ ਹੋਵੇ। ਮੇਰੇ ਵਾਂਗ ਬੋਲਣਾ ਨਾ ਹੋਵੇ। ਸਾਡੇ ਵਾਲੇ ਤਾਂ ਫਿਰ ਸਾਡੀ ਵੀ ਚੱਲੂਗੀ ਨਾ, ਇਹਨਾਂ ਨੇ ਉਹ ਲੱਭਣਾ ਜਿਹੜਾ ਦੱਬਿਆ ਜਾਵੇ। ਹਾਂਜੀ। ਸਮਾਰਟ ਹੋਵੇ। ਸਮਾਰਟ ਵੀ ਹੋਵੇ ਤੇ ਸਿੰਸੀਅਰ ਵੀ ਹੋਵੇ, ਔਖਾ ਥੋੜਾ। ਨਹੀਂ।
ਲੱਗਾ ਉਹਦੇ ਨਾਲ ਦੇ ਟੌਪਿਕ ਔਰ ਆਈ ਐਮ ਅ ਬਿਗ ਫੈਨ ਆਫ ਯੂ ਯੂ ਆਰ ਅ ਬਿਗ ਫੈਨ ਆਫ ਮੀ ਆਈ ਐਮ ਯੂਅਰ ਬਿਗ ਫੈਨ ਬਹੁਤ ਵਧੀਆ ਅੰਗਰੇਜ਼ੀ ਆਉਂਦੀ ਨਹੀਂ ਮੈਨੂੰ ਉਹੀ ਬੋਲ ਗਿਆ ਮੈਂ ਥੈਂਕ ਯੂ ਸਰ ਥੈਂਕ ਯੂ ਸੋ ਮਚ ਜੀ ਸੋ ਮੇਰੇ ਘਰ ਵੀ ਤੁਹਾਡਾ ਸਾਰੇ ਸ਼ੋਅ ਦੇਖਦੇ ਬਹੁਤ ਜ਼ਿਆਦਾ ਫੈਨ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਦੇ ਥੈਂਕ ਯੂ ਸੋ ਮਚ ਜੀ ਐ ਯਾਦ ਦੇਣਾ ਜੀ ਫਿਰ ਗੀਤ ਸੁਣਾਓ ਹਾਂਜੀ ਮੈਂ ਤਾਂ ਐਵੇਂ ਅੱਖਿਆ ਸੀ ਮਿਲਣਿਓ ਹੋਣਾ ਮੈਨੂੰ ਕੀ ਪਤਾ ਸੀ ਮੇਰਾ ਰੁੱਸੀ ਜਾਊਗਾ ਸੋਹਣਾ ਸੋਹਣਾ ਨਿੱਕੀ ਜਿੰਨੀ ਗਲਤੀ ਦੀ ਐਡੀ ਏ ਸਜ਼ਾ ਹੱਥਾਂ ਵਿੱਚੋਂ ਹੱਥ ਨਾ ਛੁਡਾ ਸੋਹਣਿਆ ਤੇਰੇ ਪਿੱਛੋਂ ਰੋ ਰੋ ਕੇ ਮਰ ਜਾਊਂਗੀ ਮੈਂ ਏਦਾਂ ਨਾ ਨਰਾਜ਼ ਹੋ ਕੇ ਜਾ ਸੋਹਣਿਆ ਤੇਰੇ ਪਿੱਛੋਂ ਰੋ ਰੋ ਕੇ ਮਰ ਜਾਊਂਗੀ ਮੈਂ ਏਦਾਂ ਨਾ ਨਰਾਜ਼ ਹੋ ਕੇ ਜਾ ਸੋਹਣਿਆ ਸੋਹਣੇ ਨੂੰ ਪਤਾ ਸੀਗਾ ਮੇਰੇ ਨਾਲ ਇਹੀ ਹੋਣੀ ਸੋਹਣੇ ਨੇ ਫਿਰ ਹੋਰ ਲੱਭ ਲਈ ਸੋਹਣੀ ਕੀ ਨਾਮ ਤੁਹਾਡਾ ਗੁਰਪ੍ਰੀਤ ਕੌਰ ਕਿੱਥੋਂ ਬਿਲੋਂਗ ਕਰਦੇ ਹੋ ਜੀ ਪਲੱਤ ਤੋਂ ਅੱਛਾ ਜੀ ਤੁਸੀਂ ਕੀ ਸੁਣਾਓਗੇ ਜੀ ਸੌਂਗ ਅੱਜ ਬਾਬਲ ਤੇਰੇ ਨੇ ਇੱਕ ਗੱਲ ਸਮਝਾਉਣੀ ਹੈ ਇਸ ਘਰ ਵਿੱਚ ਪਾਵੇਂ ਤੂੰ ਤਿੰਨ ਚਾਰ ਪਰਾਉਣੀ ਹੈ ਸਾਡੇ ਕੋਲ ਇਮਾਰਤ ਤੂੰ ਤੇਰੇ ਹੋਣ ਵਾਲੇ ਵਰਦੀ ਸੁਣਦੀ ਏ ਲਾਡਲੀਏ ਤੂੰ ਇੱਜ਼ਤ ਹੈ ਕਰਦੀ ਸੁਣਦੀ ਏ ਲਾਡਲੀਏ ਤੂੰ ਇੱਜ਼ਤ ਹੈ ਕਰਦੀ ਤੈਨੂੰ ਪਾਈਆਂ ਝਾਂਜਰਾਂ ਨਹੀਂ ਕੇਵਲ ਛਣਕਾਉਣ ਲਈ ਕਿਤੇ ਪਟਕ ਨਾ ਜਾਵੇਂ ਤੂੰ ਤੈਨੂੰ ਯਾਦ ਦਵਾਉਣ ਲਈ ਤੇਰੀ ਮਾਂ ਦੇ ਬੋਲ ਕਹੇ ਜਦ ਛਣ ਛਣ ਕਰਦੀ ਸੁਣਦੀ ਏ ਲਾਡਲੀਏ ਤੂੰ ਇੱਜ਼ਤ ਹੈ ਕਰਦੀ ਕੀ ਹਾਲ ਚਾਲ ਜੀ ਵਧੀਆ ਤੁਸੀਂ ਸੁਣਾਓ ਰਾਤ ਕੀ ਖਾਦਾ ਫਿਰ ਕੜੀ ਕੜੀ ਨਾਲ ਚੌਲ ਹਾਂਜੀ ਫੁੱਲੀ ਚੱਲਿਓ ਹੋਰ ਫੁਲਕੇ ਕਿੰਨੇ ਖਾਣੇ ਉਹਨੇ ਚਾਰ ਚਾਰ ਫੁਲਕੇ ਕੀ ਨਾਂ ਜੀ ਰਾਜਦੀਪ ਕੌਰ ਤੁਹਾਡੇ ਕੀ ਸ਼ੌਂਕ ਹੈ ਜੀ ਮੇਰਾ ਸ਼ੌਂਕ ਸਿੰਗਿੰਗ ਆ ਤੇ ਮਾਈ ਏਮ ਇਜ਼ ਪੰਜਾਬ ਪੁਲਿਸ ਪੰਜਾਬ ਪੁਲਿਸ ਤੁਸੀਂ ਤੁਸੀਂ ਨਾਕਾ ਲਾਉਣਾ ਜੀ ਹਾਂਜੀ ਇੱਧਰ ਆ ਰਹੇ ਹਨ ਗੇੜੀ ਗੁੜੀ ਲਾਉਂਦੇ ਮੁੰਡੇ ਇਕੱਲਾ ਹੀ ਆਉਣਾ ਜੀ ਤੁਸੀਂ ਜਮਾਂ ਪੁਲਿਸ ਵਾਲੇ ਹੋ ਜੀ ਹਾਂਜੀ ਹਾਂ ਓਏ ਕਿੱਧਰ ਇੱਧਰ ਦੇਖਣਾ ਨਾਕਾ ਲੱਗਾ ਵਾ ਇੱਧਰ ਤਾਂ ਦੇਖਣਾ ਆ ਵੀ ਨਾਕਾ ਲੱਗਾ ਅੱਜ ਕੇ ਨਹੀਂ ਚੱਕ ਕੇ ਭੂ ਕਿੱਧਰ ਹੈ ਲਾਇਸੈਂਸ ਦਾ ਲਾਇਸੈਂਸ ਨਹੀਂ ਸਿਲੰਡਰ ਦੀ ਕਾਪੀ ਸਿਲੰਡਰ ਦੀ ਕਾਪੀ ਆ ਕਿਹੜਾ ਨਾਕਾ ਜੇ ਸਿਲੰਡਰ ਦੀ ਕਾਪੀ ਚੈੱਕ ਕਰਨ ਲੱਗੇ ਲਾਇਸੈਂਸ ਲਾਇਸੈਂਸ ਕਿਹਾ ਨਾ ਲਾਇਸੈਂਸ ਹੀ ਦਿਖਾਉਣਾ ਸਿਲੰਡਰ ਦੀ ਕਾਪੀ ਥੋੜੀ ਚੈੱਕ ਕਰਨਾ ਹੈ ਦੇਖ ਲਓ ਕਿ ਕਈ ਵਾਰ ਨਾਕੇ ਤੇ ਖੜੀ ਲੇਡੀ ਪੁਲਿਸ ਰਾਸ਼ਨ ਕਾਰਡ ਦੀ ਫੋਟੋ ਹੀ ਮੰਗਦੀ ਹੁੰਦੀ ਹੈ ਉਹਦਾ ਟੱਪਰ ਦੇਖ ਲਈਏ ਨਹੀਂ ਨਹੀਂ ਲਾਇਸੈਂਸ ਦਿਖਾ ਨਹੀਂ ਤੇ ਚੁੱਪ ਕਰਕੇ ਚੱਲ ਚੁੱਪ ਕਰਕੇ ਚੱਲ ਜਾ ਸਿੱਧੀ ਹੋ ਕੇ ਚੱਲ ਜਾ ਨਹੀਂ ਤੇ ਸਿੱਧੀ ਹੋ ਕੇ ਕਿਵੇਂ ਚੱਲ ਜਾਂਦੀ ਸਿੱਧਾ ਹੋ ਜਾਊਗਾ ਸਿੱਧਾ ਹੋ ਕੇ ਚੱਲ ਜਾ ਨਹੀਂ ਤੇ ਵੱਜਣੀ ਆ ਚਪੇੜਾ ਨਹੀਂ ਹਾਂਜੀ ਡਾਂਗਾ ਓਹੋ ਬਹੁਤ ਵਧੀਆ ਛੱਡ ਕੇ ਨਾ ਜਾਈਏ ਨੀ ਜਦੋਂ ਕਰ ਲਈਏ ਪਿਆਰ ਸਾਰੇ ਕੋਲ ਕਰਾਰ ਪੂਰੇ ਕਰਕੇ ਦਿਖਾਈਏ ਨੀ ਭਾਵੇਂ ਕਰੇ ਜੱਗ ਵੈਰ ਪਿੱਛੇ ਕਰੀ ਦਾਨੀ ਪੈਰ ਅਸੀਂ ਤੋੜ ਚੜਾਈਏ ਨੀ ਜਿਹਨੂੰ ਦਿਲ ਚ ਵਸਾਈਏ ਉਹਨੂੰ ਜਿੰਦ ਵੀ ਬਣਾਈਏ ਕਦੇ ਅੱਖ ਨਾ ਚੁਰਾਈਏ ਨੀ
ਚਲੋ ਜੀ ਹੁਣ ਤੁਹਾਡੇ ਸਾਹਮਣੇ ਪੇਸ਼ ਹੈ ਜੀ ਗਿੱਧਾ ਬੱਲੋ ਕਹਿੰਦੀ ਏ ਬਈ ਪਿੱਪਲ ਥੱਲੇ ਬੱਲੋ 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 ਕਹਿੰਦੀ ਏ ਬਈ ਪਿੱਪਲ ਥੱਲੇ ਬੱਲੋ ਬੱਲੋ ਕੁੜੀਆਂ ਬੱਲੋ ਨੂੰ ਨੇ ਚਾਇਆ ਬੱਲੋ ਨੱਚ ਨੱਚ ਪੰਡੂ ਪਾਇਆ ਏ ਦਿਨ ਭਾਗਾ ਭਰਿਆ ਆਇਆ ਸਾਡੀ ਬੱਲੋ ਬੱਲੋ ਸਾਡੀ ਬੱਲੋ 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 ਕਹਿੰਦੀ ਏ ਬਈ ਪਿੱਪਲ ਥੱਲੇ ਬੱਲੋ ਬੱਲੋ थैंक्स फॉर वॉचिंग कंटीन्यू मंडीर और MH1 कंटीन्यू मंडीर के इस यूट्यूब चैनल को तुसी सब्सक्राइब करो ताकि अगले शोज की जिहड़ी नोटिफिकेशन हैगी है वो थोनों मिलती रहे थैंक यू सो मच